ਬਿਲਕੁਲ ਉਹੀ ਬੰਦੇ ਨੇ, ਉਸੇ ਤਰ੍ਹਾਂ ਦੇ ਬੰਦੇ ਨੇ, ਜ਼ਬਾਨ 'ਚ ਫਰਕ ਹੈ। ਜ਼ਬਾਨ 'ਚ ਫਰਕ ਹੈ, ਰੰਗ ਢੰਗ 'ਚ ਵੀ ਫਰਕ ਹੈ। ਨਹੀਂ ਨਹੀਂ, ਰੰਗ ਢੰਗ ਵੀ ਕੋਈ ਖਾਸ ਨਹੀਂ, ਉਹ ਤਾਂ ਅੱਲਾਹ ਤਾਲਾ ਨੇ ਬਣਾਏ ਨੇ ਜੋ ਕੁਛ ਵੀ ਹੈ, ਕੋਈ ਗੋਰਾ ਕੋਈ ਕਾਲਾ ਕੋਈ ਕਿਸੇ ਤਰ੍ਹਾਂ ਦਾ, ਲੇਕਿਨ ਬਹੁਤ ਅੱਛੇ ਇਨਸਾਨ ਨੇ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਦੋਸਤੋ ਅਸਲਾਮ ਅਲੈਕਮ, ਤੁਸੀਂ ਵੇਖ ਰਹੇ ਹੋ ਪੰਜਾਬੀ ਰਾਕਟ ਸਾਇੰਸ। ਮੇਰੇ ਅੰਮੀ ਜਾਨ ਮਾਸ਼ਾਅੱਲਾ ਅੱਜ ਇਹਨਾਂ ਨੂੰ ਵੈਲਕਮ ਕੀਤਾ ਮੈਂ ਲੰਡਨ ਗੈਟਵਿਕ ਏਅਰਪੋਰਟ 'ਤੇ। ਤੁਹਾਨੂੰ ਪਤਾ ਮਾਂ ਦੀ ਸ਼ਾਨ ਅਤੇ ਮਾਂ ਦਾ ਰੁਤਬਾ ਬਹੁਤ ਵੱਡਾ ਹੁੰਦਾ। ਆਮ ਵੈਰੀ ਹੈਪੀ, ਖੁਸ਼ੀਆਂ ਵੰਡੀਏ ਅਤੇ ਖੁਸ਼ੀਆਂ ਦੁਬਾਲਾ ਹੁੰਦੀਆਂ ਨੇ। ਅਤੇ ਮੈਂ ਆਖਿਆ ਚਲੋ ਦੋ ਬੋਲ ਅੰਮੀ ਜਾਨ ਦੇ ਨਾਲ ਗੱਪ ਸ਼ੱਪ ਲਾਉਂਦਾ ਹਾਂ ਅਤੇ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਆ। ਅੰਮੀ ਜਾਨ ਵੈਲਕਮ ਔਰ ਖੁਸ਼ਾਮਦੀਦ। ਬੇਟਾ ਬਹੁਤ ਬਹੁਤ ਸ਼ੁਕਰੀਆ। ਅੱਛਾ ਅੰਮੀ ਜਾਨ, ਇਹ ਦੱਸੋ ਕਿ ਸਫ਼ਰ ਤੁਹਾਡਾ ਕੈਸਾ ਗੁਜ਼ਰਿਆ? ਬਹੁਤ ਅੱਛਾ ਗੁਜ਼ਰਿਆ। ਪਾਕਿਸਤਾਨ ਨੂੰ ਦੁਬਈ ਦਾ ਸਫ਼ਰ ਕੈਸਾ ਗੁਜ਼ਰਿਆ? ਬਹੁਤ ਅੱਛਾ। ਦੁਬਈਓ ਫਿਰ ਅੱਗੋਂ ਲੰਡਨ ਦਾ? ਉਸੇ ਵੀ ਅੱਛਾ, ਬੜਾ ਪਿਆਰਾ ਗੁਜ਼ਰਿਆ। ਜਹਾਜ਼ ਦੇ ਵਿੱਚ ਬਹਿ ਬਹਿ ਕੇ ਥੱਕਦੇ ਨਹੀਂ ਗਏ? ਨਹੀਂ, ਖੁਸ਼ੀ ਨਾਲ ਥੱਕਦਾ ਬੰਦਾ। ਖਾਣਾ ਸ਼ਾਣਾ ਠੀਕ ਦਿੱਤਾ ਜੀ? ਕੀ ਖਾਧਾ ਜੀ? ਮੈਂ ਖਾਧਾ ਬੜਾ ਕੁਛ। ਚਲੋ ਜੀ ਠੀਕ। ਅੱਛਾ ਅੰਮਾ ਜੀ, ਜਹਾਜ਼ ਦੇ ਵਿੱਚ ਬਹਿ ਕੇ ਖਾਣਾ ਪਾਕਿਸਤਾਨੀ ਲੱਭਿਆ, ਗੋਰਿਆਂ ਵਾਲਾ ਲੱਭਿਆ, ਅਰਬੀ ਲੱਭਿਆ, ਪਾਕਿਸਤਾਨੀ ਲੱਭਿਆ, ਮਟਨ ਖਾਧਾ ਨਾਲ, ਕੋਈ ਰਸ, ਕੋਈ ਚਾਹ, ਕੋਈ ਤੁਸੀਂ ਸਭ ਕੁਛ ਸੀ, ਚਾਹੇ ਵੀ ਕੋਈ ਸੁਹਾਨੀ ਯਾਦ ਜਿਹੜੀ ਤੁਸੀਂ ਇਸ ਸਫ਼ਰ ਦੇ ਵਿੱਚ ਸ਼ੇਅਰ ਕਰਨਾ ਚਾਹੋਗੇ, ਦੱਸਣਾ ਚਾਹੋਗੇ ਸਾਨੂੰ? ਪਿਆਰਾ ਸਫ਼ਰ ਗੁਜ਼ਰਿਆ, ਅੱਛੇ ਬੱਚੇ ਰਸਤੇ 'ਚ ਸੰਗ ਮਿਲ ਗਿਆ ਸੀ ਅਤੇ ਉਹਨਾਂ ਬੜਾ ਸੋਹਣਾ ਤਾਵਨ ਕੀਤਾ ਮੇਰੇ ਨਾਲ, ਬਹੁਤ ਅੱਛਾ ਤਾਵਨ ਕੀਤਾ, ਇੱਥੋਂ ਤੱਕ ਲਿਆਂਦਾ ਨੇ ਮੇਰੇ ਨਾਲ। ਅਤੇ ਮੌਸਮ ਦੇ ਬਾਰੇ ਦੱਸੋ, ਪਾਕਿਸਤਾਨ ਦੁਬਈ ਅਤੇ ਇੱਥੇ UK ਦਾ ਕੀ ਫ਼ਰਕ ਹੈ? ਇੱਥੇ ਤਾਂ ਸੁਣਿਆ ਬਹੁਤ ਠੰਡ ਹੈ, ਅਤੇ ਵੈਸੇ ਹੈ ਪਾਕਿਸਤਾਨ ਵੀ ਠੰਡ, ਲੇਕਿਨ ਇੱਥੇ ਸੁਣਿਆ ਜ਼ਿਆਦਾ। ਅੱਛਾ ਜੀ, ਅੱਛਾ ਅੱਛਾ। ਕਹਿੰਦਾ ਅੰਮਾ ਜੀ, ਤੁਸੀਂ ਇਤਨੀ ਗਰਮੀ ਸਰਦੀ 'ਚ ਕਿਉਂ ਆਏ ਹੋ? ਅੱਛਾ, ਇੱਥੇ ਅੰਦਰ ਜਿਵੇਂ ਆਏ ਹੋ ਅਤੇ ਇਮੀਗ੍ਰੇਸ਼ਨ ਈਜ਼ੀਲੀ ਹੋ ਗਈ ਹੈ? ਬਿਲਕੁਲ ਬਿਲਕੁਲ, ਕੋਈ ਮਸਲਾ ਨਹੀਂ ਪੇਸ਼ ਆਇਆ। ਅੱਛਾ, ਟਾਈਮ ਗੁਜ਼ਰਿਆ। ਅੱਛਾ, ਇਹ ਜਿਹੜੀ ਤੁਸੀਂ ਪਾਕਿਸਤਾਨੀ ਬੋਕੀ ਮਾਰੀ ਹੈ, ਇਮੀਗ੍ਰੇਸ਼ਨ ਵਾਲਿਆਂ ਗੋਰਿਆਂ ਨੇ ਆਖਿਆ ਨਹੀਂ ਹੈ ਕਿ ਕਿਉਂ ਮਾਰੀ? ਨਹੀਂ ਨਹੀਂ, ਉਹਨਾਂ ਨੂੰ ਪਤਾ ਸਰਦੀ ਹੈ। ਅੱਛਾ, ਸਰਦੀ ਸਰਦੀ, ਅਤੇ ਮੈਂ ਮੁਸਲਮਾਨ ਹਾਂ, ਮੈਂ ਪਾਕਿਸਤਾਨ ਨੂੰ ਆਈ ਹਾਂ। ਥਕੇੜਾ ਕਿੰਨਾ ਕਰ ਹੋਇਆ? ਕੋਈ ਨਹੀਂ ਕੋਈ ਨਹੀਂ, ਬਿਲਕੁਲ ਫਰੈਸ਼। ਅਤੇ ਇੱਥੇ ਜਿਹੜੇ ਬੰਦੇ ਪੇ ਵੇਖਦੇ ਹੋ ਜੀ, ਇਹ ਉਂਝ ਦੇ ਨੇ ਜਿਸ ਤਰ੍ਹਾਂ ਦੇ ਪਾਕਿਸਤਾਨ ਦਿਸਦੇ ਨੇ? ਬਿਲਕੁਲ ਉਹੀ ਬੰਦੇ ਨੇ, ਉਸੇ ਤਰ੍ਹਾਂ ਦੇ ਬੰਦੇ ਨੇ, ਜ਼ਬਾਨ 'ਚ ਫਰਕ ਹੈ। ਜ਼ਬਾਨ 'ਚ ਫਰਕ ਹੈ, ਰੰਗ ਢੰਗ 'ਚ ਵੀ ਫਰਕ ਹੈ? ਨਹੀਂ ਨਹੀਂ, ਰੰਗ ਢੰਗ ਵੀ ਕੋਈ ਖਾਸ ਨਹੀਂ, ਉਹ ਤਾਂ ਅੱਲਾਹ ਤਾਲਾ ਨੇ ਬਣਾਏ ਨੇ ਜੋ ਕੁਛ ਵੀ ਹੈ, ਕੋਈ ਗੋਰਾ ਕੋਈ ਕਾਲਾ ਕੋਈ ਕਿਸੇ ਤਰ੍ਹਾਂ ਦਾ, ਲੇਕਿਨ ਬਹੁਤ ਅੱਛੇ ਇਨਸਾਨ ਨੇ। ਚਲੋ ਠੀਕ ਹੈ ਅੰਮੀ ਜਾਨ, ਬਹੁਤ ਸ਼ੁਕਰੀਆ। ਅਤੇ ਬਾਕੀ ਤੁਹਾਡੇ ਨਾਲ ਆਫ ਦੀ ਰਿਕਾਰਡ ਗੱਡੀ 'ਚ ਬਹਿ ਕੇ ਵਾਵਾ ਗੱਪਾਂ ਛੱਪਾਂ ਲਾਉਂਦੇ ਹਾਂ। ਬਹੁਤ ਸ਼ੁਕਰੀਆ ਬੇਟਾ, ਵੇਖਣ ਵਾਲਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਅਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਵੈਲਕਮ ਕੀਤਾ, ਅੱਲਾਹ ਤੁਹਾਨੂੰ ਆਪਣੀ ਹਿਫਜ਼ੋ ਇਮਾਨ ਵਿੱਚ ਰੱਖੇ ਸਭ ਨੂੰ। ਪਾਕਿਸਤਾਨ ਜ਼ਿੰਦਾਬਾਦ, ਪੰਜਾਬੀ ਰਾਕਟ ਸਾਇੰਸ ਪਾਇੰਦਾਬਾਦ। ਦੋਸਤੋ ਬਹੁਤ ਸ਼ੁਕਰੀਆ ਅੰਮੀ ਜਾਨ ਦੇ ਨਾਲ ਹਲਕੀ ਫੁਲਕੀ ਗੱਪ ਸ਼ੱਪ ਲਾਈਏ। ਦੁਆਵਾਂ 'ਚ ਯਾਦ ਰੱਖਿਓ, ਵੀਡੀਓ ਅਗਰ ਪਸੰਦ ਆਵੇ ਲਾਈਕ ਕਮੈਂਟ ਸ਼ੇਅਰ ਕਰਨਾ ਨਹੀਂ ਭੁੱਲਣਾ। ਪੰਜਾਬੀ ਰਾਕਟ ਸਾਇੰਸ ਚੈਨਲ ਹੈ YouTube 'ਤੇ ਵੀ, ਉਹਨੂੰ ਵੀ ਸਬਸਕ੍ਰਾਈਬ ਕਰ ਦੇਣਾ। ਬਾਕੀ ਵਾਲਦੈਨ ਬਹੁਤ ਵੱਡੀ ਨਿਮਤ ਹੁੰਦੀ ਹੈ, ਅੱਲਾਹ ਤਾਲਾ ਸਭ ਦੇ ਵਾਲਦੈਨ ਨੂੰ ਸਿਹਤ ਅਤੇ ਤੰਦਰੁਸਤੀ ਅਤਾ ਫਰਮਾਏ, ਜਿਨ੍ਹਾਂ ਦੇ ਚਲੇ ਗਏ ਨੇ ਦੁਨੀਆ ਤੋਂ ਉਹਨਾਂ ਦੀ ਮਗਫਰਤ ਫਰਮਾਏ। ਬਹੁਤ ਸ਼ੁਕਰੀਆ, ਅੱਲਾਹ ਹਾਫਿਜ਼।